ਜੋ ਸੋਚ ਕੇ ਗਏ تھے ਉਸ ਤੋਂ ਲੱਖ ਦਰਜੇ ਚੰਗੀ ਫਿਲਮ ਨਜ਼ਰ ਆਈ ਬਹੁਤ ਹੀ ਇਮੋਸ਼ਨਲ ਹੋਏ ਔਰ ਲੱਗਿਆ ਇਸ ਤਰ੍ਹਾਂ ਦੀ ਪੰਜਾਬੀ ਫਿਲਮਾਂ ਅੱਗੇ ਤੋਂ ਬਣਨ ਤਾਂ ਫਿਰ ਦੇਖਣ ਨੂੰ ਵੀ ਬਹੁਤ ਮਨ ਕਰਦਾ ਬਹੁਤ ਅੱਛੀ ਮੂਵੀ ਹੈ ਬਹੁਤ ਅੱਛਾ ਮੈਸੇਜ ਹੈ ਮੈਂ ਕਹੂੰਗਾ ਵੀ ਸਾਰਿਆਂ ਨੂੰ ਆਉਣਾ ਚਾਹੀਦਾ ਆਪਣੇ ਬੱਚਿਆਂ ਨੂੰ ਦਿਖਾਉਣੀ ਚਾਹੀਦੀ ਹੈ ਮੂਵੀ ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਹੈ ਪਰ ਉਹਦੇ ਬੇਟੇ ਦੀ ਐਕਟਿੰਗ ਬਹੁਤ ਵਧੀਆ ਹੈ ਬਾਕੀ ਫਿਲਮ ਦਾ ਸਬਜੈਕਟ ਕਨਸੈਪਟ ਬਹੁਤ ਵਧੀਆ ਸੀਗਾ ਸਟੋਰੀ ਬਹੁਤ ਵਧੀਆ ਬੱਚੇ ਇੱਕਦਾਂ ਫੈਮਿਲੀ ਨਾਲ ਬੌਂਡ ਨਾਲ ਦਾ ਬੰਦਾ ਹੈ ਅੱਛਾ ਤੇ ਉਹਨਾਂ ਨੂੰ ਅੱਛੀ ਕੈਜੂਕੇਸ਼ਨ ਐਜ are nice movie ka hero shinda lagaunga ਸ਼ੁਕਲ ਦਿਸ ਇਜ਼ ਯੋਰ ਰੋਸਮ ਅਸ਼ਕੇ ਟੀਵੀ ਦੇਖ ਰਹੀ ਹਾਂ ਤੁਸੀਂ ਤੇ ਮੈਂ ਇਸ ਟਾਈਮ ਹੋਣੇ ਹੋਣੇ ਸ਼ਿੰਦਾ ਸ਼ਿੰਦਾ ਨੋ ਪਾਪਾ ਦੇਖ ਕੇ ਆਈਆਂ ਜੀ ਹਾਂ ਸ਼ਿੰਦਾ ਸ਼ਿੰਦਾ ਨੋ ਪਾਪਾ ਅੱਜ ਯਾਨੀ ਕਿ 10 ਮਈ 2024 ਨੂੰ ਤੁਹਾਡੀ ਨੀਲੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਗਿੱਪੀ ਗਰਿਵਾਲ ਸ਼ਿੰਦਾ ਗਰਿਵਾਲ ਤੇ ਹਿਨਾ ਖਾਨ ਦੀ ਬਾਗਮਾਲ ਐਕਟਿੰਗ ਮੂਵੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੀ ਹੈ ਜਦੋਂ ਟ੍ਰੇਲਰ ਆਇਆ ਸੀ ਨਾ ਯਾਰ ਤਾਂ ਸਾਨੂੰ ਉਮੀਦਾਂ ਸੀਗੀਆਂ ਕਿ ਯਾਰ ਕੁਝ ਨਾ ਕੁਝ ਤੇ ਇਸ ਵਰੀ ਨਵਾਂ ਹੈ ਇਸ ਪਿਓ ਪੁੱਤ ਦੇ ਡੂਓ ਟੂ ਵੀ ਸਾਨੂੰ ਬਹੁਤ ਜ਼ਿਆਦਾ ਉਮੀਦਾਂ ਸੀ ਐਂਡ ਆਬਵੀਅਸਲੀ ਹਿਨਾ ਖਾਨ ਫੈਨਸ ਨੂੰ ਉਹਨ ਖਰੀ ਉਤਰੀਏ ਮੈਨੂੰ ਤੇ ਮੂਵੀ ਪਸੰਦ ਆਈ ਹੈ ਪਰ ਆਡੀਅנס ਨੂੰ ਫਿਲਮ ਕਿਹੋ ਜਿਹੀ ਲੱਗੀ ਹੈ ਆਉ ਤੁਹਾਨੂੰ ਉਹਨਾਂ ਦੇ ਰਿਵਿਊਸ ਦਿਨਵਾਉਣੇ ਆ ਸ਼ਿੰਦਾ ਸ਼ਿੰਦਾ ਨੂੰ ਪਾਪਾ ਸਰ ਇੱਕ ਬਹੁਤ ਅੱਛਾ ਸੋਸ਼ਲ ਮੈਸੇਜ ਟ੍ਰੇਲਰ ਦੇ ਵਿੱਚ ਸਾਨੂੰ ਦਿਖਾਇਆ ਸੀ ਕਿ ਮੂਵੀ ਦਿਨਦੀ ਹੈ ਸੋ ਉਹ ਦੇਣ ਦੇ ਵਿੱਚ ਕਾਮਯਾਬ ਹੋਈ ਕਿਹੋ ਜਿਹਾ ਮੈਂ ਬਹੁਤ ਕਾਮਯਾਬ ਹੋਣਗੇ ਔਰ ਮੈਂ ਤੇ ਰਿਕਮੈਂਡ ਕਰਾਂਗਾ ਕਿ ਹਰ ਅਜਾਦ ਦੇ ਪੇਰੈਂਟਸ ਨੂੰ ਆਪਣੇ ਬੱਚੇ ਨੂੰ ਪਿਕਚਰ ਦਿਖਾਨੀ ਚਾਹੀਦੀ ਔਰ ਪੇਰੈਂਟਸ ਨੂੰ ਵੀ ਦੇਖਣੀ ਚਾਹੀਦੀ ਹੈ ਤਾਂ ਕਿ ਜੋ ਉਹਨੇ ਮੈਸੇਜ ਦਿੱਤਾ ਹੈਗਾ ਉਹ ਅਗਰ ਸਹੀ ਮੈਨਜ਼ ਦੇਖਿਆ ਜਾਏ ਤਾਂ ਬਹੁਤ ਜ਼ਿਆਦਾ ਜਰੂਰਤ ਹੈਗੀ ਹੈ ਇਸ ਕਰਕੇ ਔਰ ਬੜੀ ਪੈਰਫੈਕਟ ਫਿਲਮ ਬਣਾਈ ਹੈ ਬੜਾ ਮਜ਼ਾ ਆਇਆ ਫਿਲਮ ਦੇਖ ਕੇ ਬੜਾ ਆਨੰਦ ਆਇਆ ਔਰ ਜੋ ਸੋਚੇ ਗਏ تھے ਉਸ ਤੋਂ ਲਗ ਕਰਦੇ ਚੰਗੀ ਫਿਲਮ ਨਜ਼ਰ ਆਈ ਥੈਂਕ ਯੂ ਤੁਸੀਂ ਇਮੋਸ਼ਨਲ ਹੋਏ ਮੂਵੀ ਦੇਖ ਕੇ ਮੈਂ ਸ਼ੂਰ ਬਹੁਤ ਇਮੋਸ਼ਨਲ ਹੋਏ ਔਰ ਲਗਿਆ ਇਸ ਤਰ੍ਹਾਂ ਦੀ ਪੰਜਾਬੀ ਫਿਲਮਾਂ ਅੱਗੇ ਤੋਂ ਬਣਨ ਤਾਂ ਫਿਰ ਦੇਖਣ ਨੂੰ ਵੀ ਬਹੁਤ ਮਨ ਕਰਦਾ ਬਹੁਤ ਚੰਗੀਆਂ ਫਿਲਮ ਮਤਲਬ ਬਹੁਤ ਚੰਗੀ ਫਿਲਮ ਹੈ ਮਤਲਬ ਇਸ ਤਰ੍ਹਾਂ ਦੀਆਂ ਮੂਵੀਜ਼ ਬਣਨ ਗਿਆ ਤੇ ਫਿਰ ਸਾਰੇ ਦੇਖਣ ਨੂੰ ਵੀ ਬਹੁਤ ਮਨ ਕਰਦਾ ਕਿ ਪੰਜਾਬੀ ਫਿਲਮ ਦੇਖੀਏ ਹੈ ਜੀਪੀ ਗਰੇਵਾਲ ਹਮੇਸ਼ਾ ਹੀ ਬਹੁਤ ਅੱਛੇ ਅੱਛੇ ਕਨਸੈਪਟ ਲੈ ਕੇ ਆਉਂਦੇ ਹਨ ਉਹ ਤਾਂ ਆਲਵੇਜ਼ ਜੀਪੀ ਗਰੇਵਾਲ ਜੀ ਦੀ ਪਿਕਚਰ ਤੇ ਆਲਵੇਜ਼ ਹੀ ਬਹੁਤ ਨਾਈਸ ਹੁੰਦੀਆਂ ਹੈਗੀਆਂ ਲੇਕਿਨ ਇਹਦੇ ਵਿੱਚ ਜਿਹੜਾ ਮੈਸੇਜ ਦਿੱਤਾ ਹੈ ਨਾ ਉਹ ਬੀਇੰਗ ਏ ਗ੍ਰੈਂਡਫਾਦਰ ਜਾਂ ਸੀ ਜਿਸ ਉਮਰ ਚ ਹੈਗੇ ਸਾਨੂੰ ਰੀਅਲੀ ਲੱਗਦਾ ਹੈਗਾ ਕਿ ਸ਼ਾਇਦ ਅਸੀਂ ਵੀ ਕੁਝ ਮਿਸਟੇਕਸ ਕੀਤੀਆਂ ਸੀਗੀਆਂ ਜੋ ਅਜੇ ਦਿਖਾਈ ਗਈਆਂ ਜੋ ਨਈ ਜਨਰੇਸ਼ਨ ਨੂੰ ਨਹੀਂ ਕਰਨੀ ਚਾਹੀਦੀਆਂ ਤੇ ਉਹ ਮੈਸੇਜ ਇਹਨਾਂ ਕਲੀਅਰ ਹੈਗਾ ਕਿ ਮਤਲਬ ਸਾਡੀ ਉਮਰ ਦੇ ਅਸੀਂ ਵੀ ਉੱਥੇ ਰੋਂਦੇ ਰਹੇ ਪਿਕਚਰ ਦੇਖ ਕੇ ਇਨ ਇਮੋਸ਼ਨਲ ਹੋਏਗੇ ਤੇ ਮੈਂ ਜਾਂਗਾ ਕਿ ਹਰ ਪੇਰੈਂਟਸ ਇਸ ਪਿਕਚਰ ਨੂੰ ਆਪਣੇ ਬੱਚਿਆਂ ਨਾਲ ਜਾ ਕੇ ਜੂਰ ਇੰਜੋਏ ਕਰਾਂ ਔਰ ਦੇਖਣ ਸਿੰਦਾ ਸਿੰਦਾ ਕਿਵੇਂ ਲੱਗਤ ਔਨੂੰ ਬਹੁਤ ਬਹੁਤ ਪਿਆਰਾ ਸੀ ਤੇ ਗੱਲ ਹੀ ਅਲੱਗ ਹੈ ਕਿ ਸਿੰਦਾ ਤੇ ਸਿੰਦਾ ਹੀ ਹੈ ਹਨਾ ਉਹ ਤੇ ਕਹਿੰਦੀ ਕੋ ਲੋੜੀ ਨਹੀਂ ਹੈ ਵਾ ਉਹ ਤੇ ਸਿੰਦਾ ਸਿੰਦਾ ਹੀ ਹੈ ਜੀ ਪੂਰੀ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਹਨਾ ਅਸੀਂ ਉਹਨੂੰ ਜਿੱਪੀ ਗਰੇਵਾਲ ਦੇ ਰੂਪ 'ਚ ਹੀ ਦੇਖਾਂਗੇ ਪੂਰੀ ਤਰ੍ਹਾਂ ਮੈਨੂੰ ਲੱਗ ਅਸੀਂ ਜਿੱਪੀ ਗਰੇਵਾਲ ਤੋਂ ਵੀ ਉੱਪਰ ਦੇਖਣਾ ਚਾਹਾਂਗੇ ਉਹਨੂੰ ਉਹਨੇ ਜੀ ਇਸ ਪਿਕਚਰ 'ਚ ਮਿਹਨਤ ਕੀਤੀ ਔਰ ਦੂਜਾ ਇੱਕ ਬੱਚਾ ਮੈਨੂੰ ਨਾਂ ਨਹੀਂ ਹੋਤਾ ਪਤਾਏਗਾ ਉਸ ਫਿਲਮ 'ਚ ਜਿਹੜਾ ਬੱਚਾ ਹੈਗਾ ਛੋਟਾ ਉਹ ਵੀ ਬਹੁਤ ਦੋਨੋਂ ਹੀ ਮਤਲਬ ਦੋਨਾਂ ਦਾ ਫਿਊਚਰ ਬਹੁਤ ਬ라이ਟ ਹੈਗਾ ਸ਼ਿੰਦਾ ਸ਼ਿੰਦਾ ਨੂੰ ਪਾਪਾ ਦੇ ਕਿਆਇਓ ਹਾਂ ਜੀ ਕਿਵੇਂ ਲੱਗੀ ਫਿਰ ਵਧੀਆ ਸੀ ਗਿੱਪੀ ਕਿਵੇਂ ਸੀ ਵਧੀਆ ਸੀ ਸ਼ਿੰਦੇ ਦੀ ਐਕਟਿੰਗ ਕਮਾਲ ਕਮਾਲ ਸੀ ਕੀ ਵਧੀਆ ਕਿ ਲੱਗਾ ਸਭ ਤੋਂ ਜ਼ਿਆਦਾ ਫਿਰ ਪਾਪਾ ਦੀ ਐਕਟਿੰਗ ਪਾਪਾ ਦੀ ਐਕਟਿੰਗ ਬਣਾ ਦਿੱਤੀ ਕਿਵੇਂ ਲੱਗੀ ਫਿਰ ਵਧੀਆ ਸੀ ਜੂਮ ਵੀ ਗਿੱਪੀ ਤੇ ਸ਼ਿੰਦਾ ਕਿਵੇਂ ਸੀ ਬਹੁਤ ਵਧੀਆ ਸਭ ਤੋਂ ਜ਼ਿਆਦਾ ਕੀ ਅਚਾ ਲੱਗਾ ਮੂਵੀ ਇੱਕ ਮੈਸੇਜ ਸੀ ਪੈਰੈਂਟਸ ਲਈ ਮੈਂ ਆਪਣੇ ਬੇਟੇ ਨਾਲ ਹੀ ਆਈ ਹਾਂ ਦੇਖਣ ਐਂਡ ਵੀ ਗਾਟ ਦੀ ਮੈਸੇਜ ਥੈਟ ਵਾਸ ਰਾਈਟ ਆਡੀਅנס ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਵੀ ਆਪਣੇ ਬੱਚਿਆਂ ਦੇ ਨਾਲ ਦੇਖਣਾ ਚਾਹੀਦਾ ਮੂਵੀ ਬਿਲਕੁਲ ਕੀ ਮੈਸੇਜ ਸੀ ਇਹ ਹੈ ਮੂਵੀ ਦੇਖਣ ਦੇ ਵਾਰ ਦੇ ਸ਼ੁੱਡ ਕਮ ਤੁਸੀਂ ਕੀ ਕਹਿਣਾ ਚਾਹੋਗੇ ਵਧੀਆ ਸੀ ਮੂਵੀ ਮੈਂ ਤਾਂ ਇਹ ਕਹਿੰਦਾ ਕਿ ਮੈਨੂੰ ਲੱਗੀ ਜੀ ਬਹੁਤ ਅੱਛੀ ਮੂਵੀ ਹੈ ਬਹੁਤ ਅੱਛਾ ਮੈਸੇਜ ਹੈ ਮੈਂ ਕਹੂੰਗਾ ਵੀ ਸਾਰਿਆਂ ਨੂੰ ਆਉਣਾ ਚਾਹੀਦਾ ਆਪਣੇ ਬੱਚੇ ਨੂੰ ਦਿਖਾਉਣੀ ਚਾਹੀਦੀ ਹੈ ਮੂਵੀ ਅੱਛੀ ਮੂਵੀ ਹੈ ਅਸੀਂ ਜਿੱਦਾਂ ਬੱਚਿਆਂ ਨਾਲ ਕਰਦੇ ਆ ਹਨਾ ਇਦੋਂ ਦਾ ਕਲਚਰ ਉਤੋਂ ਦਾ ਕਲਚਰ ਬਣਾ ਅੱਛੇ ਤਰੀਕੇ ਨਾਲ ਉਹਨਾਂ ਨੇ ਦਿਖਾਇਆ ਹੋਇਆ ਹੈ ਔਰ ਗੁੱਡ ਮੈਸੇਜ ਹੈ ਮਤਲਬ 5 ਚ 5 ਹੈ। ਤੁਹਾਨੂੰ ਕਿਵੇਂ ਲੱਗੀ? ਬਦਿਆ ਲੱਗੀ ਬਹੁਤ ਅੱਛੀ ਸੀ ਮੂਵੀ। ਆਪਣਾ ਵੀ ਬੱਚਾ ਹੈਗਾ ਸ਼ਿੰਦਾ ਸ਼ਿੰਦਾ ਨੋ ਪਾਪਾ। ਥੈਂਕ ਯੂ ਅੱਛੀ ਹੈ। ਕਿਵੇਂ ਲੱਗੀ ਮੂਵੀ? ਦੱਸੋ। ਵੈਰੀ ਨਾਈਸ। ਮਮ ਕਿੱਸ ਲੱਗੀ? ਬੜੀ ਅੱਛੀ ਸੀ। ਕਿੱਪੀ ਬਾਰੇ ਕੀ ਕਿਹਾ ਨਾ? ਅੱਛਾ ਰੋਲ ਕੀਤਾ ਉਹਨਾਂ ਨੇ ਹੀਨਾ ਖਾਨ ਦੀ ਪਹਿਲੀ ਮੂਵੀ ਸੀ ਉਹਨਾਂ ਦੀ ਐਕਟਿੰਗ ਬਹੁਤ ਵਧੀਆ ਸੀ ਅੱਛੀ ਲੱਗੀ ਪਹਿਲੇ ਸੀਰੀਅਲ ਦੇਖਿਆ ਸੀ ਮੂਵੀ ਪਹਿਲੀ ਵਾਰ ਦੇਖੀ ਉਹਨਕੀ ਉਹਨਾਂ ਦੀ ਜੋੜੀ ਵਧੀਆ ਲੱਗੀ ਗਿੱਪੀ ਹਾਂ ਅੱਛੀ ਸੀ ਬਹੁਤ ਵਧੀਆ ਮੂਵੀ ਹੈ ਜੀ ਗਿੱਪੀ ਦੀ ਐਕਟਿੰਗ ਕਿ ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਹੈ ਉਹਦੇ ਬੇਟੇ ਦੀ ਐਕਟਿੰਗ ਬਹੁਤ ਵਧੀਆ ਹੈ ਬਾਕੀ ਫਿਲਮ ਦਾ ਸਬਜੈਕਟ ਕਨਸੈਪਟ ਬਹੁਤ ਵਧੀਆ ਸੀਗਾ ਸਟੋਰੀ ਬਹੁਤ ਵਧੀਆ ਸੀਗੀ ਇੱਕ ਮੈਸੇਜ ਸੀਗਾ ਸੋਸ਼ਲ ਮੈਸੇਜ ਸੀਗਾ ਮੂਵੀ ਦੇ ਵਿੱਚ ਸੋ ਉਹਦੇ ਬਾਰੇ ਕੀ ਕਹਿਣਾ ਚਾਹੋ ਉਹਦੇ ਬਾਰੇ ਬਸ ਇਹੀ ਹੈ ਵੀ ਆਪਣੇ ਬੱਚਾਂ ਕੰਨੀ ਜਿੰਨਾ ਤੁਸੀਂ ਟਾਈਮ ਠੀਕ ਆ ਤੁਸੀਂ ਬੱਚੇ ਵੀ ਕੇਅਰ ਪਾਲਦੇ ਹੈਗੇ ਆ ਹਨਾ ਟਾਈਮ ਪਾਲਦੇ ਆ ਜਿੰਨਾ ਤੁਸੀਂ ਬੱਚਿਆਂ ਨਾਲ ਇਨਵੋਲਵ ਹੋਵੋਗੇ ਉਹਨਾਂ ਤੁਸੀਂ ਉਹਨਾਂ ਨੂੰ ਸਮਝੋਗੇ ਪੇਸ਼ੰਤ ਰੱਖ ਕੇ ਥੋੜੇ ਪਰਲੇ ਪੈਂਦੇ ਬੱਚੇ ਵਸੇ ਮੈਮ ਤੁਸੀਂ ਦੇਖੀ ਮੂਵੀ ਸ਼ਿੰਦਾ ਸ਼ਿੰਦਾ ਨੂੰ ਪਾਪਾ ਕਿਵੇਂ ਲੱਗੀ ਬਹੁਤ ਵਧੀਆ ਕਿਪੀ ਦੋਰਾਏ ਜੋ ਇਨੀਸ਼ੀਏਟਿਵ ਲਿਆ ਗਿਆ ਇੱਕ ਬਹੁਤ ਅੱਛਾ ਕਨਸੈਪਟ ਉਹ ਲਾਇਆ ਹੈ ਸੋ ਉਹਦੇ ਬਾਰੇ ਬਹੁਤ ਬਹੁਤ ਵਧੀਆ ਸੀ ਕਿਨਾ ਖਾਂਦੀ ਫਰਸਟ ਮੂਵੀ ਸੀ ਉਹਨਾਂ ਦੀ ਐਕਟਿੰਗ ਕਿਵੇਂ ਦੀ ਸੀ ਠੀਕ ਸੀ ਮੈਮ ਜ਼ਿਆਦਾ ਰੋਲ ਨਹੀਂ ਸੀਗਾ ਬਟ ਵਧੀਆ ਸੀਗਾ ਬਹੁਤ ਅੱਛਾ ਸੀ ਸਰ ਕਿਵੇਂ ਲਗੀ ਫਿਲਮ ਤੁਹਾਨੂੰ? ਅੱਛੀ ਸੀਗੀ ਮੂਵੀ। ਹਾਂ ਦੇਖਣੀ ਚਾਹੀਦੀ ਹੈ। ਔਰ ਨਵਾਂ تھیਮ ਹੈ ਬੱਚਿਆਂ ਨੂੰ ਐਜੂਕੇਟ ਕਰਨਾ ਚਾਹੀਦਾ ਹੈ ਕਿ ਪੇਰੈਂਟਸ ਵਾਲ ਜਿਸਰਾਂ ਦੇ ਮਤਲਬ ਕਿ ਵਿਊਜ਼ ਹੈਗੇ ਆ ਉਹਦੇ ਮੁਤਾਬਿਕ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਹੈਗਾ ਔਰ ਜ਼ਰੂਰ ਦੇਖਣੀ ਚਾਹੀਦੀ ਹੈ। ਅੱਛੀ ਮੂਵੀ ਹੈ। ਮੈਮ ਤੁਹਾਨੂੰ ਕਿਵੇਂ ਵਧੀਆ ਲੱਗੀ ਜੀ? ਅੱਛੀ ਮੂਵੀ ਹੈ। ਅੱਛੀ। ਮੈਮ ਹੀਨਾ ਖਾਨ ਉਹਦਾ ਉਹਨਾਂ ਦੇ ਆਪ ਸੀਰੀਅਲਸ ਵੇਖੇ ਨੇ ਪਹਿਲੀ ਪੰਜਾਬੀ ਫਿਲਮ ਕੀਤੀ ਉਹਨਾਂ ਨੇ। ਉਹਨਾਂ ਬਾਰੇ ਕੀ ਕਹਿਣਾ ਚਾਹੋ? ਅੱਛੀ ਐਕਟਿੰਗ ਤਾਂ ਵੈਸੇ ਹੀ ਅੱਛੀ ਕਰਦੇ ਨੇ। ਬਾਕੀ ਅਚੀ ਮੂਵੀ ਹੈ ਥੀਮ ਅੱਛਾ ਹੈ ਠੀਕ ਹੈ ਪੇਰੈਂਟਸ ਤੇ ਬੱਚਿਆਂ ਦਾ ਜੋ ਰਿਸ਼ਤਾ ਦਿਖਾਇਆ ਹੈ ਫਿਲਮ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਛਾ ਬਹੁਤ ਅੱਛਾ ਰਿਸ਼ਤਾ ਦਿਖਾਇਆ ਉਹਨਾਂ ਦਾ ਕਿ ਬੱਚੇ ਇੱਕਦਾਂ ਫੈਮਿਲੀ ਨਾਲ ਬੌਂਡ ਨਾਲ ਬੰਦਾ ਹੈ ਅੱਛਾ ਤੇ ਉਹਨਾਂ ਨੂੰ ਅਚੀ ਕ ਐਜੂਕੇਸ਼ਨ ਐਜੂਕੇਟਿਵ ਮੂਵੀ ਦਾ ਹੀਰੋ ਸ਼ਿੰਦਾ ਲਗਾ ਮੂਜੇ ਮਜ਼ਾ ਆਇਆ ਸ਼ਿੰਦੇ ਨੂੰ ਦੇਖ ਕੇ ਬਹੁਤ ਜ਼ਿਆਦਾ ਹੱਸੇ ਆਪ ਕਿੰਨਾ ਜ਼ਿਆਦਾ ਹੱਸੇ ਬਹੁਤ ਜ਼ਿਆਦਾ ਸਤ ਤੁਸੀਂ ਆਪਣੀ ਫੈਮਿਲੀ ਦੇ ਨਾਲ ਆ ਲਈ ਸੀ ਕਿ ਸ਼ਿੰਦਾ ਸ਼ਿੰਦਾ ਨੂੰ ਪਾਪਾ ਦੇਖਣ ਦੇ ਵਾਸਤੇ ਸੋ ਮੂਵੀ ਟੂ ਇੱਕ ਸੋਸ਼ਲ ਮੈਸੇਜ ਦੇਣਾ ਚਾਹੀ ਸੀ ਤੋ ਉਹਨੂੰ ਲੱਗਾ ਕਿ ਉਹ ਦੇ ਵਿੱਚ ਕਾਮਯਾਬ ਹੋਏ ਆਹ ਕਾਮਯਾਬ ਹੋਏ ਗਿਆ ਇਨਫੈਕਟ ਮੇਰੇ ਖਿਆਲ ਨਾਲ ਜਿਹੜੀ ਜਨਰੇਸ਼ਨ ਸਾਡੀ ਜਨਰੇਸ਼ਨ ਹੈ ਆਲਰੇਡੀ ਇਸ ਸੀਜ ਨੂੰ ਅੰਡਰਸਟੈਂਡ ਕਰਦੀ ਹੈ ਕਿਉਂਕਿ ਬੱਚਿਆਂ ਨਾਲ ਰਿਲੇਸ਼ਨ ਸਾਡੀ ਜਨਰੇਸ਼ਨ ਦਾ ਕਾਫੀ ক্লোਜ਼ ਹੈ ਜਿਹੜਾ ਪੁਰਾਣਾ ਸੀ ਜਿਹੜਾ ਦਿਖਾ ਰਹੇ ਆ ਮੂਵੀ ਦੇ ਅੰਦਰ ਆਈ ਥਿੰਕ ਕਿਤਨੇ ਕਿਤੇ ਆਲਰੇਡੀ ਹੈ ਪੋਜ਼ਿਟਿਵ ਹੈ ਉਹ ਬਾਕੀ ਮੂਵੀ ਦਾ ਹੀਰੋ ਮੇਰੇ ਹਿਸਾਬ ਨਾਲ ਜੈਲੀ ਹੈ ਆਡੀਅנס ਦਾ ਰਿਸਪੌਂਸ ਫਿਲਮ ਨੂੰ 10 ਆਊਟ ਆਫ 10 ਹੈ ਜੀ ਔਰ ਇਹ 10 ਆਊਟ ਆਫ 10 ਰਿਸਪੌਂਸ ਕਿਉਂ ਹੈ ਉਹ ਹੁਣ ਤੁਹਾਨੂੰ ਆ ਕੇ ਸਿਨੇਮਾ ਕਰਾਂ ਦੇ ਵਿੱਚ ਹੀ ਦੇਖਣਾ ਪਏਗਾ ਪਰ ਜਿਵੇਂ ਕਿ ਮੈਂ ਦੱਸਿਆ ਕਿ ਟ੍ਰੇਲਰ ਦੇ ਵਿੱਚ ਆਪਾਂ ਨੂੰ ਦਿਖਾਇਆ ਗਿਆ ਸੀਗਾ ਕਿ ਫਿਲਮ ਦੇ ਵਿੱਚ ਨਾ ਸਿਰਫ ਕਾਮੇਡੀ ਹੈ ਨਾ ਸਿਰਫ ਇਮੋਸ਼ਨਸ ਨੇ ਬਲਕਿ ਨਾਲ ਨਾਲ ਕੁਝ ਸੋਸ਼ਲ ਮੈਸੇजेस ਵੀ ਫਿਲਮ ਦਿੰਦੀ ਹੋਈ ਦਿਖਾਈ ਦੇਗੀ ਇੰਡੀਆ ਵਰਸਸ ਕੈਨੇਡਾ ਦਾ ਜੋ ਪੇਰੈਂਟਿੰਗ ਸਟਾਈਲ ਹੈ ਉਹਦੇ ਉੱਤੇ ਪੂਰੀ ਦੀ ਪੂਰੀ ਫਿਲਮ ਜਿਹੜੀ ਆ ਉਹ ਬਣਾਈ ਗਈ ਹੈ ਪਰ ਜਿਸ ਤਰੀਕੇ ਨਾਲ ਆਪਣੀ ਕਾਮਿਕ ਟਾਈਮਿੰਗ ਦੇ ਵਿੱਚ ਗਿੱਪੀ ਗਰੇਵਾਲ ਖਰੇ ਉਤਰੇ ਨੇ ਸ਼ਿੰਦਾ ਗਰੇਵਾਲ ਖਰੇ ਉਤਰੇ ਨੇ ਇਹਨਾਂ ਦੀ ਇਹ ਪਹਿਲੀ ਫਿਲਮ ਸੀਗੀ ਬਟ ਜਿਸ ਅਦਾਕਾਰੀ ਦੇ ਨਾਲ ਉਹਨਾਂ ਨੇ ਪਰਫਾਰਮ ਕੀਤਾ ਹੈ ਉਹ ਕਾਬਿਲ-ਏ-ਤਾਰੀਫ ਹੈ ਕੀ ਤੁਹਾਨੂੰ ਇਹ ਫਿਲਮ ਜ਼ਰੂਰ ਆਪਣੇ ਪੇਰੈਂਟਸ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਦੇਖਣ ਆਉਣਾ ਚਾਹੀਦਾ ਜੇਕਰ ਤੁਸੀਂ ਪੇਰੈਂਟ ਨਹੀਂ ਵੀ ਹੋ ਤਾਂ ਵੀ ਤੁਸੀਂ ਫਿਲਮ ਦੇਖਣ ਆਓ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਜੋ ਚੀਜ਼ਾਂ ਨੇ ਜੋ ਡਾਊਟਸ ਨੇ ਆਪਣੇ ਬੱਚਿਆਂ ਨੂੰ ਲੈ ਕੇ ਹੋ ਸਕਦੇ ਨੇ ਉਹ ਕਲੀਅਰ ਹੋ ਸਕਣ ਐ ਇਨਡੇਫੀਨਿਟਲੀ ਤੁਹਾਡੀ ਆਉਣ ਵਾਲੀ ਜ਼ਿੰਦਗੀ ਥੋੜੀ ਸੌਖੀ ਹੋ ਸਕੇ ਬੱਚਿਆਂ ਨੂੰ ਲੈ ਕੇ ਜ਼ਰੂਰ ਆਓ ਟੂ ਵਾਚ ਸਿੰਦਾ ਸਿੰਦਾ ਨੋ ਪਾਪਾ ਐਂਡ ਮੈਨੂੰ ਵਾਪਸ ਆ ਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਫਿਲਮ ਕਿਹੋ ਜਿਹੀ ਲੱਗੀ ਐ ਬਾਕੀ ਹੁਣ ਮੈਨੂੰ ਇਜਾਜ਼ਤ ਦਿਓ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਹੋਏਗੀ ਮੁਲਾਕਾਤ ਬਾਕੀ ਐਂਟਰਟੇਨਮੈਂਟ